ਪਿੰਡ ਦੇ ਲੋਕਾਂ ਦੇ ਵੱਲੋਂ ਪਿੰਡ ਦੇ ਵਿੱਚ ਰਹਿ ਰਹੇ ਪ੍ਰਵਾਸੀ ਲੋਕਾਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਸੀ, ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਹਾਈ ਕੋਰਟ ਦੇ ਵੱਲੋਂ ਅੱਜ ਇਸ ਮਾਮਲੇ 'ਤੇ ਸੁਣਵਾਈ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੋਂ ਇਸ ਪੂਰੇ ਮਾਮਲੇ 'ਤੇ ਜਵਾਬ ਮੰਗਿਆ ਹੈ। ਸਰਕਾਰ ਨੂੰ ਅਗਲੀ ਸੁਣਵਾਈ 'ਤੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ ਔਰ ਇਸ ਪੂਰੇ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ। ਇਸ ਸੰਬੰਧੀ ਵਕੀਲ ਦੇ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦੀ ਥਾਂ 'ਤੇ ਰਹਿਣ ਦਾ ਅਧਿਕਾਰ ਦਿੰਦਾ ਹੈ। ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡੋਂ ਬਾਹਰ ਕੱਢ ਕੇ ਉਹਨਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ, ਜੋ ਕਿ ਇੱਕ ਗੰਭੀਰ ਮੁੱਦਾ ਹੈ। ਦੱਸਦੇ ਕਿ ਮੋਹਾਲੀ ਦੇ ਨੇੜਲੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਇਹ ਤਾਨਾਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਪ੍ਰਵਾਸੀ ਲੋਕ ਨੇ ਜਿਹੜੇ ਉਹ ਪਿੰਡ ਛੱਡ ਕੇ ਚਲੇ ਜਾਣ, ਕਿਉਂਕਿ ਬਹੁਤ ਸਾਰੀਆਂ ਗੱਲਾਂ ਇੱਥੇ ਗਲਤ ਹੋ ਰਹੀਆਂ ਨੇ। ਤਾਂ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦਾ ਬਿਆਨ ਆਇਆ, ਪੰਜਾਬ ਸਰਕਾਰ ਤੋਂ ਇਸ ਪੂਰੇ ਮਾਮਲੇ 'ਤੇ ਜਵਾਬ ਮੰਗਿਆ ਗਿਆ। ਜੀ ਦੇਖੀਏ, ਇਹ ਦੋ ਆਰਟੀਕਲਸ ਪਬਲਿਸ਼ ਹੋਏ ਸੀ, 1 ਅਗਸਤ 2024 ਨੂੰ, ਇੱਕ ਹਿੰਦੁਸਤਾਨ ਟਾਈਮਸ ਵਿੱਚ ਅਤੇ ਦੂਜਾ ਨਿਊਜ਼ 18 ਔਨਲਾਈਨ ਵਿੱਚ, ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਜਿਹੜਾ ਇੱਕ ਪਿੰਡ ਹੈ ਮੁੰਦੋ ਸੰਗਤੀਆਂ ਕਰਕੇ ਜੀ, ਡਿਸਟ੍ਰਿਕਟ ਮੋਹਾਲੀ 'ਚ, ਤਾਂ ਉਹਨਾਂ ਨੇ ਉਹਨਾਂ ਦੀ ਗ੍ਰਾਮ ਪੰਚਾਇਤ ਨੇ ਇੱਕ ਰੈਜ਼ੋਲਿਊਸ਼ਨ ਪਾਸ ਕੀਤਾ ਅਤੇ ਉਹਦੇ 'ਚ ਕਿਹਾ ਗਿਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈ, ਮਾਈਗ੍ਰੈਂਟ ਲੇਬਰਲਸ ਹੈ ਫਰੋਮ ਦਾ ਸਟੇਟਸ ਆਫ ਯੂਪੀ, ਬਿਹਾਰ ਐਂਡ ਰਾਜਸਥਾਨ, ਅਤੇ ਉਹਨਾਂ ਨੂੰ ਬਾਹਰ ਜਾਣ ਦਾ ਉਹਦੇ ਵਿੱਚ ਆਦੇਸ਼ ਕੀਤਾ ਗਿਆ। ਅਤੇ ਇਹ ਨਿਊਜ਼ ਆਰਟੀਕਲਸ 'ਚ ਪਬਲਿਸ਼ ਹੋਇਆ ਅਤੇ ਜਿਹੜੇ ਲੋਕ ਜਿਹੜੇ ਮਾਈਗ੍ਰੈਂਟ ਲੇਬਰਸ 10-10 ਸਾਲਾਂ ਤੋਂ ਉੱਥੇ ਰਹਿ ਰਹੇ ਸੀ, ਜਿਨ੍ਹਾਂ ਦੇ ਆਧਾਰ ਕਾਰਡ ਉੱਥੋਂ ਦੇ ਬਣ ਚੁੱਕੇ ਸੀ, ਜਿਨ੍ਹਾਂ ਦੇ ਬੱਚੇ ਉੱਥੋਂ ਉਹਦੇ ਸਕੂਲ ਪੜ੍ਹਦੇ ਸੀ ਅਤੇ ਜੋ ਉੱਧਰ ਆਪਣਾ ਪ੍ਰੋਫੈਸ਼ਨ ਚਲਾ ਰਹੇ ਸੀ, ਜੋ ਵੀ ਉਹ ਕੰਮਕਾਜ ਆਪਣਾ ਕਰ ਰਹੇ ਸੀ, ਅਰਾਊਂਡ ਉਸਮੇ 50 ਸਿਟੀਜ਼ਨਸ ਕਿਹਾ ਗਿਆ ਕਿ 50 ਸਿਟੀਜ਼ਨਸ ਅਰਾਊਂਡ ਮਾਈਗ੍ਰੈਂਟਸ ਹੈ, ਜੋ ਆਰਟੀਕਲਸ ਮੈਂ ਹਿੰਦੁਸਤਾਨ ਟਾਈਮਸ ਕੇ ਆਰਟੀਕਲਸ ਮੈਂ ਜੋ ਪਬਲਿਸ਼ ਹੋਇਆ ਤਾਂ, ਤਾਂ ਉਹਨਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ। ਤਾਂ ਅਸੀਂ ਇਸ ਸਿਚੁਏਸ਼ਨ ਬਾਰੇ ਅਸੀਂ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬਾਏ ਦਾ ਵੇ ਆਫ PIL ਅਸੀਂ ਆਨਰੇਬਲ ਹਾਈ ਕੋਰਟ ਨੂੰ ਇਹਦੇ ਬਾਰੇ ਇਨਫੋਰਮ ਕੀਤਾ, ਕਿਉਂਕਿ ਇਸ ਵਿੱਚ ਜੋ ਆਪਣੇ ਕੰਟਰੀ ਦੇ ਸਿਟੀਜ਼ਨਸ ਹੈ ਉਹਨਾਂ ਦੇ ਫੰਡਾਮੈਂਟਲ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਸੀ, ਜਿਹੜੇ ਕਿ ਸਾਡੇ ਆਰਟੀਕਲ 19 'ਚ ਆਰਟੀਕਲ 21 'ਚ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਹੈ ਟੂ ਰਿਸਾਈਡ ਐਨੀਵੇਅਰ ਇਨ ਦਾ ਕੰਟਰੀ, ਟੂ ਕੈਰੀ ਆਊਟ ਓਕੂਪੇਸ਼ਨ ਐਨੀਵੇਅਰ ਇਨ ਦਾ ਕੰਟਰੀ ਐਂਡ ਦਾ ਰਾਈਟ ਟੂ ਲਾਈਫ ਐਂਡ ਡਿਗਨਿਟੀ, ਤਾਂ ਉਹਨਾਂ ਦੀ ਵਾਇਓਲੇਸ਼ਨ ਹੋ ਰਹੀ ਸੀ ਅਤੇ ਇਹ ਵੈਸੇ ਵੀ ਸਾਡੀ ਸੋਸ਼ਲ ਸਟਰਕਚਰ ਅਤੇ ਸੋਸ਼ਲ ਹਾਰਮੋਨੀ ਲਈ ਸਹੀ ਨਹੀਂ ਹੈ। ਅਤੇ ਮਾਈਗ੍ਰੈਂਟ ਲੇਬਰਸ ਵੀ ਦੇਖੋ ਸਾਡੇ ਸਟੇਟਾਂ ਦੀ ਇਕਨੋਮੀ 'ਚ ਕੰਟਰੀਬਿਊਟ ਕਰਦੇ ਹੈ, ਅਤੇ ਇਹ ਕੋਈ ਟੈਨੇਬਲ ਗਰਾਊਂਡ ਸੀਗਾ ਨਹੀਂ ਉਹਨਾਂ ਨੂੰ, ਕੋਈ ਇੱਕ ਅੱਧਾ ਇੰਸੀਡੈਂਟ ਹੋ ਵੀ ਗਿਆ ਤਾਂ ਪੁਲਿਸ ਐਕਸ਼ਨ ਲਵੇ, ਕੰਪਲੇਂਟਸ ਹੋਵੇ ਪਰਟੀਕੁਲਰ ਇੰਡੀਵਿਜੁਅਲ ਦੇ ਵਿੱਚ ਦੇ ਅਗੇਂਸਟ ਕੰਪਲੇਂਟਸ ਹੋਵੇ, ਤਾਂ ਸਾਰਿਆਂ ਨੂੰ ਬਾਹਰ ਜਾਣ ਦੇ ਲਈ ਕਹਿਣਾ ਠੀਕ ਨਹੀਂ ਹੈ। ਆਨਰੇਬਲ ਕੋਰਟ ਨੇ ਜੀ ਪੰਜਾਬ ਸਰਕਾਰ ਨੂੰ ਇਹ ਕਿਹਾ ਹੈ ਕਿ ਤੁਸੀਂ ਕਨਫਰਮ ਕਰੋ ਕਿ ਇਹਦੇ ਵਿੱਚ ਕੀ ਰੈਜ਼ੋਲਿਊਸ਼ਨ ਹੈ, ਕੀ ਔਨ ਗਰਾਊਂਡ ਸਿਚੁਏਸ਼ਨ ਹੈ। 22 ਤਾਰੀਖ ਦੀ ਜੀ ਡੇਟ ਰੱਖੀ ਹੈ ਇਹਦੇ 'ਚ, ਅਤੇ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਜੋ ਤੁਹਾਨੂੰ ਅਗਰ ਲੱਗਦਾ ਹੈ ਕਿ ਰਿਪਲਾਈ ਵੀ ਤੁਸੀਂ ਫਾਈਲ ਇਹਦੇ 'ਚ ਕਰਨਾ ਚਾਹੁੰਦੇ ਹੋ ਤੁਸੀਂ ਕਰੋ, ਕਿ ਤੁਸੀਂ ਕੋਰਟ ਨੂੰ ਇਨਫੋਰਮ ਕਰੋ ਕਿ ਔਨ ਗਰਾਊਂਡ ਕੀ ਸਿਚੁਏਸ਼ਨ ਹੈ, ਕੀ ਰੈਜ਼ੋਲਿਊਸ਼ਨ ਹੈ। ਨਹੀਂ, ਇਸ ਮੈਂ ਦੇਖੀ ਜੈਸੀ ਮੈਨੂੰ ਪਤਾ ਲੱਗਿਆ ਇਹਦੇ ਇਸ ਸਿਚੁਏਸ਼ਨ ਬਾਰੇ, ਤਾਂ ਟਾਈਮ ਵੀ ਕਮ ਸੀ ਅਤੇ ਕੋਜ਼ ਵੀ ਇੰਨਾ ਅਰਜੈਂਟ ਸੀ ਕਿ ਇਹ ਚੀਜ਼ਾਂ ਰਹੀ।
जी नहीं, मैंने विजिट कोई किया नहीं है। पंजाब सरकार एजी ऑफिस पंजाब इसके बारे में कंफर्मेशन कर रहे हैं। 22 अगस्त को लगा हुआ जी। इसकी सुनवाई हाई कोर्ट में 7 अगस्त को हुई थी, 22 अगस्त को नेक्स्ट डेट लगी हुई है।